ਸੋ ਅੱਜ ਹਾਊਸ ਆਫ ਕਾਮਨ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਹਾਜ਼ਰ ਹੋਣਗੇ ਔਰ ਅੱਜ ਵੋਟਿੰਗ ਹੋਏਗੀ ਪੀਅਰ ਪਾਲੀਵਰ ਹੁਣਾਂ ਵੱਲੋਂ ਇੱਕ ਮੋਸ਼ਨ ਲਿਆਂਦਾ ਜਾਣਾ ਆ ਪਤਾ ਲੱਗਾ ਕਿ ਉਹਦੇ 'ਤੇ ਆਲਰੇਡੀ ਐਨ ਡੀ ਪੀ ਵੀ ਜਿਹੜੀ ਆ ਉਹ ਵੀ ਇੱਕ ਅਨਾਊਂਸ ਕਰ ਚੁੱਕੀ ਆ ਕਿ ਉਹ ਇਹਦੇ ਹੱਕ ਦੇ ਵਿੱਚ ਵੋਟ ਪਾਏਗੀ ਇਹ ਕਾਰਬਨ ਟੈਕਸ ਨੂੰ ਲੈ ਕੇ ਮੋਸ਼ਨ ਹੋਏਗਾ ਹਰ ਤਰ੍ਹਾਂ ਦੀ ਘਰਾਂ ਦੀ ਜਿਹੜੀ ਗੈਸ ਆ ਅੱਗੇ ਸਿਰਫ ਆਇਲ ਦੇ ਉੱਪਰ ਟਰੂਡੋ ਸਰਕਾਰ ਨੇ ਜਿਹੜੀ ਰਿਬੇਟ ਦਿੱਤੀ ਸੀ ਉਸ ਨੂੰ ਲੈ ਕੇ 3 ਸਾਲ ਦੀ ਪੌਜ ਨੂੰ ਲੈ ਕੇ ਜਿਹੜੀ ਲਗਾਤਾਰ ਚਰਚਾ ਰਹੀ ਕ੍ਰਿਟੀਸਿਜ਼ਮ ਹੋਇਆ ਹੁਣ ਇਹ ਜਿਹੜਾ ਬਿੱਲ ਹੈ ਮੋਸ਼ਨ ਆ ਇਹ ਚਾਹੁੰਦੇ ਨੇ ਕਿ ਜਿਹੜੀ ਹਰ ਤਰ੍ਹਾਂ ਦੀ ਜਿਹੜੀ ਗੈਸ ਆ ਘਰਾਂ ਦੀ ਹੀਟਿੰਗ ਗੈਸ ਜਿਹੜੀ ਆ ਉਹਦੇ ਉੱਪਰ 3 ਸਾਲ ਦੀ ਸਰਕਾਰ ਜਿਹੜੀ ਆ ਪੌਜ ਲਾਵੇ ਔਰ ਐਨ ਡੀ ਪੀ ਆਲਰੇਡੀ ਅਨਾਊਂਸ ਕਰ ਚੁੱਕੀ ਆ ਸੋ ਇਸ ਬਿੱਲ ਦੇ ਪਾਸ ਹੋਣ ਦੀ ਸੰਭਾਵਨਾ ਹੈ ਔਰ ਇਸ ਦੇ ਜੇ ਪਾਸ ਹੋ ਜਾਂਦਾ ਹੈ ਤੇ ਇੱਕ ਬਹੁਤ ਵੱਡੀ ਸੈੱਟ ਬੈਕ ਲਿਬਰਲ ਸਰਕਾਰ ਨੂੰ ਹੋਵੇਗੀ ਅਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਔਰ ਕਾਰਬਨ ਟੈਕਸ ਤੇ ਮੈਂ ਅੱਗੇ ਵੀ ਬਾਰ ਬਾਰ ਅਨਾਊਂਸ ਕਰ ਰਿਹਾ ਸੀ ਆਪਣੀਆਂ ਖਬਰਾਂ ਦੇ ਵਿੱਚ ਤੇ ਲਿਬਰਲ ਸਰਕਾਰ ਦੀ ਗਲੇ ਦੀ ਹੱਡੀ ਬਣ ਸਕਦਾ ਹੈ ਅਪਡੇਟ ਤੁਹਾਡੇ ਨਾਲ ਜਾਰੀ ਰਹੇਗੀ ਔਰ ਅਗਲੀਆਂ ਖਬਰਾਂ ਵਾਲੇ ਸਾਥ ਮਾਰ ਰਹੇ ਜੀ ਅਗਲੀ ਖਬਰ ਦੇ ਵਿੱਚ ਇੱਕ ਤਾਂ ਸਾਡੇ ਵਿਦੇਸ਼ ਮੰਤਰੀ ਮੈਲਨੀ ਜੌਨਲੀ ਕੈਨੇਡਾ ਦੇ G7 ਕੰਟਰੀਜ਼ ਦੇ ਵਿੱਚ ਭਾਗ ਲੈਣ ਜਿਹੜੇ ਆ ਪਹੁੰਚੇ ਨੇ ਟੋਕੀਓ ਜਪਾਨ ਦੇ ਵਿੱਚ G7 ਕੰਟਰੀਜ਼ ਦੀ ਇਹ ਮੀਟਿੰਗ ਜਿਹੜੀ ਆ ਹੋਵੇਗੀ ਜੀ ਇਸ ਤੋਂ ਇਲਾਵਾ ਅਗਲੀ ਖਬਰ ਦੇ ਵਿੱਚ ਇਜ਼ਰਾਈਲ ਦੇ ਬਾਰੇ ਕੈਨੇਡਾ ਸਰਕਾਰ ਨੇ ਅਪਡੇਟ ਕੀਤੀ ਹੈ ਕਿ ਜਿਹੜੇ ਗਾਜ਼ਾ ਦੇ ਵਿੱਚ 400 ਕੈਨੇਡੀਅਨਸ ਨੇ ਉਹਨਾਂ ਨੂੰ ਕੱਢਣ ਬਾਰੇ ਅਜੇ ਕੋਈ ਹੋਰ ਅਪਡੇਟ ਸਾਹਮਣੇ ਜਿਹੜੀ ਆ ਨਹੀਂ ਆਈ ਔਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣਾ ਨੇ ਇਜ਼ਰਾਈਲ ਹਾਮਸ ਲੜਾਈ ਨੂੰ ਲੈ ਕੇ ਅਮੀਰ ਆਫ ਕਤਰ ਦੇ ਜਿਹੜਾ ਅਮੀਰ ਆ ਮੁਖੀ ਆ ਉਹਦੇ ਨਾਲ ਗੱਲਬਾਤ ਕੀਤੀ ਆ ਹੁਣ ਗੱਲ ਕਰਦੇ ਹਾਂ ਇਸ ਵਕਤ ਇਜ਼ਰਾਈਲ ਹਾਮਸ ਲੜਾਈ ਕਿੱਥੇ ਇੱਕ ਤਾਂ ਦੱਸਦੀ ਕਿ ਹਜ਼ਾਰਾਂ ਲੋਕ ਵੀਕਐਂਡ ਦੇ ਉੱਪਰ ਕੈਨੇਡਾ ਦੀਆਂ ਸੜਕਾਂ 'ਚ ਨਿਕਲੇ ਔਰ ਉਹਨਾਂ ਨੇ ਜੰਗ ਦੀ ਪੌਜ ਲਾਉਣ ਦੇ ਉੱਪਰ ਲਗਾਤਾਰ ਜਿਹੜੇ ਆ ਉਹ ਮੁਜ਼ਾਹਰੇ ਕੀਤੇ ਆ ਕੈਨੇਡਾ ਦੇ ਵਿੱਚ ਲਗਾਤਾਰ ਮੁਜ਼ਾਹਰੇ ਹੋ ਰਹੇ ਨੇ ਦੱਸ ਦਈਏ ਕਿ ਇਸ ਨੂੰ ਲੈ ਕੇ ਲਗਾਤਾਰ ਜਿਹੜੀ ਆ ਚਰਚਾ ਰਹੀ ਆ ਵੀਕਐਂਡ ਦੇ ਉੱਪਰ ਵੀ ਹਜ਼ਾਰਾਂ ਲੋਕ ਜਿਹੜੇ ਕੈਨੇਡਾ 'ਚ ਇਕੱਠੇ ਹੋਏ ਆ ਇਸ ਤੋਂ ਇਲਾਵਾ ਟਰਕੀ ਦੀ ਜਿਹੜੀ ਰਾਜਧਾਨੀ ਆ ਅੰਕਾਰਾ ਉੱਥੇ ਫਲਸਤੀਨੀ ਸਮਰਥਕਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਈਵਨ ਕਿ ਜਿਹੜਾ ਉੱਥੇ ਅਮੈਰੀਕਨ ਫੌਜ ਦਾ ਏਅਰਬੇਸ ਸੀਗਾ ਉਸਦੇ ਉੱਪਰ ਵੀ ਅਟੈਕ ਕੀਤਾ ਲਗਾਤਾਰ ਲੋਕ ਅਮਰੀਕਾ ਦਾ ਤੇ ਇਜ਼ਰਾਈਲ ਦਾ ਇਸ ਨੂੰ ਲੈ ਕੇ ਵਿਰੋਧ ਕਰ ਰਹੇ ਨੇ ਲੇਟੈਸਟ ਜਿਹੜੀ ਅਪਡੇਟ ਆ ਉਹਦੇ ਵਿੱਚ ਇਜ਼ਰਾਈਲੀ ਮੀਡੀਆ ਨੇ ਇਹ ਗੱਲ ਕਹੀ ਆ ਕਿ ਅੱਜ ਜਾਂ ਕੱਲ੍ਹ ਟੂਡੇ ਜਾਂ ਫਿਰ ਟੁਮਾਰੋ ਜਿਹੜੀਆਂ ਟਰੂਪਸ ਨੇ ਇਜ਼ਰਾਈਲ ਦੀਆਂ ਜਿਹੜੀਆਂ ਫੌਜਾਂ ਨੇ ਉਹ ਗਾਜ਼ਾ ਦੇ ਅੰਦਰ ਵੜ ਜਾਣਗੀਆਂ ਔਰ ਜੇ ਵੜ ਜਾਂਦੇ ਨੇ ਤੇ ਗਾਜ਼ਾ ਦੇ ਉੱਪਰ ਜਿਹੜਾ ਹਮਲਾ ਕਰਕੇ ਉਸ ਨੂੰ ਕਬਜ਼ੇ 'ਚ ਲਿਆ ਜਾ ਸਕਦਾ ਹੈ ਔਰ ਲੇਟੈਸਟ ਜਿਹੜੀ ਅਪਡੇਟ ਆ ਉਹਦੇ ਵਿੱਚ ਇੱਕ ਤਾਂ ਜਿਹੜੇ ਤਾਜ਼ਾ ਹਵਾਈ ਹਮਲੇ ਹੋਏ ਨੇ ਉਹਦੇ ਵਿੱਚ ਇੱਕ ਸ਼ਰਨਾਰਥੀ ਕੈਂਪ ਦੇ ਵਿੱਚ ਹੋਏ ਹਮਲਿਆਂ ਦੇ ਨਾਲ ਜਿਹੜੇ 36 ਲੋਕਾਂ ਦੀ ਮੌਤ ਜਿਹੜਾ ਉੱਥੋਂ ਦਾ ਲੋਕਲ ਮੀਡੀਆ ਦੇ ਰਿਹਾ ਜੀ ਅਗਲੀ ਖਬਰ ਵੱਲ ਵੱਧਦੇ ਹਾਂ ਇਸ ਤੋਂ ਇਲਾਵਾ ਵਰਲਡਵਾਈਡ ਖਬਰਾਂ ਦੀ ਜੇ ਝਾਤ ਮਾਰੀਏ ਤੇ ਨੇਪਾਲ ਦੇ ਵਿੱਚ ਨੌਰਥ ਵੈਸਟ ਨੇਪਾਲ ਦੇ ਵਿੱਚ ਭਾਰੀ ਭੂਚਾਲ ਆਇਆ 5.6 ਮੈਗਨੀਚਿਊਡ ਦਾ ਜਿਹੜਾ ਅਰਥਕੁਏਕ ਆ ਉਹਦੇ ਨਾਲ ਹਜ਼ਾਰਾਂ ਲੋਕ ਲਾਪਤਾ ਜ਼ਖਮੀ ਨੇ ਤੇ 157 ਮੌਤ ਹੁਣ ਤੱਕ ਜਿਹੜੀਆਂ ਉਹ ਦਰਜ ਕੀਤੀਆਂ ਗਈਆਂ ਇੰਟਰਨੈਸ਼ਨਲ ਖਬਰਾਂ ਦੀ ਜੀ ਝਾਤ ਮਾਰੀਏ ਤੇ ਅੱਜ ਦੀ ਖਬਰ ਜਿਹੜੀ ਚਰਚੇ 'ਚ ਰਹਿਣੀ ਹੈ ਉਹ ਅਮੈਰੀਕਾ ਦੇ ਸਾਬਕਾ ਰਾਸ਼ਟਰਪਤੀ ਮਿਸਟਰ ਡੋਨਲਡ ਟਰੰਪ ਜਿਹੜੇ ਆ ਉਹ ਇੱਕ ਸਿਵਲ ਫਰੌਡ ਦੇ ਮਾਮਲੇ ਦੇ ਵਿੱਚ ਅੱਜ ਟੈਸਟੀਫਾਈ ਹੋਣਗੇ ਨਿਊਯਾਰਕ ਦੀ ਇੱਕ ਕੋਰਟ ਦੇ ਵਿੱਚ ਜੀ ਸੋ ਲੋਕਲ ਖਬਰਾਂ ਦੇ ਵਿੱਚ ਇੱਕ ਤਾਂ ਵੱਡੀ ਖਬਰ ਇਸ ਵਕਤ ਇਹ ਹੈ ਕਿ ਅੱਜ ਜਿਹੜੇ ਪ੍ਰੀਮੀਅਰਸ ਨੇ ਸਾਰੇ ਉਹ ਇਕੱਠੇ ਹੋਣਗੇ ਹੈਲੀਫੈਕਸ ਦੇ ਵਿੱਚ ਦੱਸ ਦਈਏ ਕਿ ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਮਿਸਟਰ ਹੌਸਟਨ ਹਿਊਸਟਨ ਜਿਹੜੇ ਆ ਇਸ ਮੀਟਿੰਗ ਨੂੰ ਹੋਸਟ ਕਰਨਗੇ ਇਹ ਮੀਟਿੰਗ ਕਾਫੀ ਚਰਚਾ 'ਚ ਰਹਿਣੀ ਆ ਕਿਉਂਕਿ ਕੈਨੇਡਾ ਦੇ ਸਾਰੇ ਜਿਹੜੇ ਸਟੇਟਾਂ ਦੇ ਮੁਖੀ ਨੇ ਹੈੱਡ ਨੇ ਉਹ ਇਕੱਠੇ ਹੋਣਗੇ ਔਰ ਦੋ ਵੱਡੇ ਮੁੱਦਿਆਂ ਦੇ ਉੱਪਰ ਗੱਲਬਾਤ ਹੋਏਗੀ ਉਹ ਹੈ ਜੀ ਹੈਲਥ ਕੇਅਰ ਤੇ ਅਫੋਰਡੇਬਿਲਟੀ ਅਫੋਰਡੇਬਿਲਟੀ ਇਸ ਵਕਤ ਕੈਨੇਡੀਅਨਸ ਵਾਸਤੇ ਵੱਡੀ ਅਹਿਮੀਅਤ ਬਣੀ ਹੋਈ ਆ ਦੇਸ਼ ਦੇ ਲੋਕਾਂ ਦਾ ਜਿਹੜਾ ਦੁੱਬਰ ਹੋਇਆ ਪਿਆ ਰਹਿਣ ਸਹਿਣ ਖਾਣ ਪੀਣ ਈਵਨ ਕਿ ਸ਼ੈਲਟਰ ਭਾਵ ਛੱਤ ਜਿਹੜੀ ਆ ਉਹ ਬਾਏ ਕਰਨੀ ਰੈਂਟ ਕਰਨੀ ਕਾਫੀ ਵੱਡੀ ਤੇ ਮਹਿੰਗੀ ਪੈ ਗਈ ਆ ਸੋ ਇਸ ਨੂੰ ਲੈ ਕੇ ਅੱਜ ਗੱਲਬਾਤ ਹੋਏਗੀ ਤਾਂ ਅਸੀਂ ਜੇ ਅਟਲਾਂਟਿਕ ਸੂਬੇ ਦੇ ਜਿਹੜੇ ਪ੍ਰੀਮੀਅਰਸ ਨੇ ਉਹ ਕਾਫੀ ਪਹਿਲਾਂ ਹੀ ਨਜ਼ਰ ਜਿਹੜੇ ਔਖੇ ਨਜ਼ਰ ਆ ਰਹੇ ਨੇ
ਸੋ ਇਸ ਮੀਟਿੰਗ ਦੇ ਵਿੱਚ ਕੀ ਹੁੰਦਾ ਹੈ ਫੈਸਲਾ, ਉਹ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਜਾਂ ਫਿਰ ਕੱਲ ਸਵੇਰੇ ਰੇਡੀਓ ਤੇ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਦੇ ਵਿੱਚ ਜਿਹੜੇ ਕੈਪੇਬਲ ਰਵਾਂਗੇ ਜੀ। ਨਿਊਯਾਰਕ ਅਮਰੀਕਾ ਦੇ ਕੈਲੀਫੋਰਨੀਆ ਯੂਬਾ ਸਿਟੀ ਦੇ ਨਗਰ ਕੀਰਤਨ ਦੀ ਕਾਫੀ ਚਰਚਾ ਹੈ। ਉੱਥੇ ਹਜ਼ਾਰਾਂ ਆਲਮੋਸਟ 2 ਲੱਖ ਲੋਕ ਕਹਿੰਦੇ ਨੇ ਕਿ ਜਿਹੜੇ ਆ ਉਹ ਉਸ ਨਗਰ ਕੀਰਤਨ ਦੇ ਵਿੱਚ ਇਕੱਠੇ ਹੋਏ ਨੇ। ਹੁਣ ਕਰਦੇ ਹਾਂ ਲੋਕਲ ਖਬਰਾਂ ਵੱਲ। ਲੋਕਲ ਖਬਰ ਜਿਹੜੀ ਕਾਫੀ ਚਰਚਾ ਹੈ ਇਸ ਵਕਤ, ਉਹ ਇਸ ਵਕਤ ਇਹ ਹੈ ਕਿ ਦੋ ਤਰ੍ਹਾਂ ਤੇ ਫਰਾਈਡੇ ਦੀ ਪੁਲਿਸ ਨੇ ਕਾਰਵਾਈ ਦੱਸੀ ਹੈ ਤੇ ਇਹ ਆਪਡੇਟ ਪੁਲਿਸ ਨੇ ਸੰਡੇ ਕੀਤੀ ਹੈ। ਉਹ ਹੈ ਕਿ ਪੁਲਿਸ ਨੇ 5 ਬੰਦੇ ਅਰੈਸਟ ਕੀਤੇ ਆ। ਇਸ ਦੀ ਆਪਡੇਟ ਕੱਲ ਪੁਲਿਸ ਨੇ ਕੀਤੀ ਹੈ। ਔਰ ਪਹਿਲਾਂ ਤਾਂ ਪੁਲਿਸ ਨੇ ਹਾਈਵੇ 50 ਤੇ ਰਦਰਫੋਰ ਏਰੀਏ ਦੇ ਵਿੱਚ ਗੁਬਾਨ ਦਾ ਇਲਾਕਾ ਕਹਿੰਦੇ ਆ, ਇੱਕ ਆਨਗੋਇੰਗ ਜਿਹੜੀ ਇਨਵੈਸਟੀਗੇਸ਼ਨ ਸੀ। ਸਪੈਸ਼ਲਾਈਜ਼ਡ ਇਨਫੋਰਸਮੈਂਟ ਬਿਊਰੋ ਨੇ ਜਿਹੜੇ 3 ਬੰਦੇ ਫੜੇ ਆ, ਉਹਨਾਂ ਕੋਲ ਹਥਿਆਰ ਗੋਲੀ ਸਿੱਕਾ ਜਿਹੜੇ ਫੜੇ ਗਏ ਆ ਤੇ ਉਹਨਾਂ ਨੂੰ ਫੜਿਆ ਗਿਆ, ਅਰੈਸਟ ਕੀਤਾ ਗਿਆ ਤੇ ਚਾਰਜ ਕੀਤਾ ਗਿਆ। ਉਹਨਾਂ ਕੋਲੋਂ F9 509 ਜਿਹੜਾ 9mm ਦੇ ਪਿਸਟਲ ਆ, ਉਹਨੂੰ ਕੁਛ ਵੀ ਕਾਰਤੂਸ ਫੜੇ ਗਏ ਆ। ਇਸ ਤੋਂ ਬਾਅਦ ਸੇਮ ਡੇ ਦੁਪਹਿਰੇ 3:44 ਤੇ ਬ੍ਰੈਂਪਟਨ ਦੇ ਮਾਊਂਟਨ ਐਸ਼ ਤੇ ਬੇਡ ਏਰੀਏ ਦੇ ਵਿੱਚ 2 ਬੰਦੇ ਜਿਹੜੇ ਅਰੈਸਟ ਤੇ ਚਾਰਜ ਕੀਤੇ ਗਏ। ਇਹਨਾਂ ਕੋਲ ਵੀ ਅਨਆਥੋਰਾਈਜ਼ ਯਾਨੀ ਕਿ ਨਜਾਇਜ਼ ਅਸਲਾ ਤੇ ਹਥਿਆਰ ਜਿਹੜਾ ਉਹ ਫੜੇ ਗਏ ਆ। ਇਹ ਨਾ ਉਹਨਾਂ ਦੇ ਪੰਜਾਂ ਦੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ, ਉਹਨਾਂ ਤੇ ਚਾਰਜਸ ਕੀ ਲਾਇਆ, ਬੜੀ ਲੰਮੀ ਡਿਟੇਲ ਆ, ਇੰਨਾ ਟਾਈਮ ਹੈ ਨਹੀਂ ਆ ਕਿ ਉਹਨਾਂ ਦੇ ਸਾਰੇ ਚਾਰਜ ਦੱਸ ਸਕੀਏ। ਅਮਨਦੀਪ ਸਿੰਘ ਉਮਰ 21 ਸਾਲ ਆ, ਬ੍ਰੈਂਪਟਨ ਦਾ ਰਹਿਣ ਵਾਲਾ ਤੇ ਉਸ ਦੇ ਖਿਲਾਫ਼ ਹਥਿਆਰ ਰੱਖਣ, ਹੋਰ ਗੋਲੀ ਸਿੱਕਾ ਤੇ ਔਰ ਗੱਡੀਆਂ ਰੱਖਣੀਆਂ ਜਿਹੜੀਆਂ ਕਿ ਨਾਂ ਤੇ ਨਹੀਂ ਸੀ ਹੈਗੀਆਂ, ਚੋਰੀ ਦੀਆਂ ਕਹਿ ਸਕਦੇ ਹਾਂ। ਦੂਜੇ ਨੰਬਰ ਤੇ ਅਮਨਦੀਪ ਸਿੰਘ 30 ਸਾਲ ਇਹ ਵੀ ਬ੍ਰੈਂਪਟਨ ਦਾ। ਤੀਜੇ ਨੰਬਰ ਤੇ ਹੈਗਾ ਜੀ ਮਨਿੰਦਰ ਸਿੰਘ ਉਮਰ 21 ਸਾਲ, ਇਹ ਵੀ ਬ੍ਰੈਂਪਟਨ ਦਾ ਰਹਿਣ ਵਾਲਾ। ਚੌਥੇ ਨੰਬਰ ਤੇ ਸਵਰਨਪ੍ਰੀਤ ਸਿੰਘ ਉਮਰ 20 ਸਾਲ ਹੈ, ਇਹ ਵੀ ਬ੍ਰੈਂਪਟਨ ਦਾ ਰਹਿਣ ਵਾਲਾ, ਇਹਨੂੰ ਵੀ ਫੜਿਆ ਤੇ ਚਾਰਜ ਕੀਤਾ ਗਿਆ, ਇਹਦੇ ਖਿਲਾਫ਼ ਵੀ ਕਾਫ਼ੀ ਲਾਇਆ ਗਿਆ। ਪੰਜਵਾਂ ਜੋਗਨਦੀਪ ਸਿੰਘ ਜੀ ਦੀ ਉਮਰ ਸਿਰਫ਼ ਇਹਦੀ ਵੀ ਉਮਰ ਜਿਹੜੀ ਆ 20 ਸਾਲ, ਇਹ ਵੀ ਫੜ ਕੇ ਤੇ ਚਾਰਜ ਕੀਤਾ ਗਿਆ। ਸੋ ਭਾਈਚਾਰੇ ਲਈ ਇਸ ਵਕਤ ਫਿਰ ਜੋੜ ਕੇ ਇਸ ਤੇ ਵਿਚਾਰ ਕਰਨ ਦੀ ਲੋੜ ਹੈ ਜੀ। ਅਗਲੀ ਖ਼ਬਰ ਪੇਰੈਂਟਸ ਲਈ ਆ। ਕਾਨਪੁਰ ਪੁਲਿਸ ਨੇ ਤੇ ਪੀਲ ਪੁਲਿਸ ਨੇ ਪੇਰੈਂਟਸ ਨੂੰ ਵਾਰਨ ਕੀਤਾ, ਜਿਹੜੀਆਂ ਬੱਚਿਆਂ ਨੇ ਹਾਲੋਵੀਨ ਤੇ ਕੈਂਡੀਜ਼ ਕਲੈਕਟ ਕੀਤੀਆਂ ਨੇ, ਉਹਨਾਂ ਨੂੰ ਬੱਚਿਆਂ ਨੂੰ ਦੇਣ ਤੋਂ ਪਹਿਲਾਂ ਸਾਰੀਆਂ ਨੂੰ ਖੋਲ ਕੇ ਤੁਹਾਨੂੰ ਜਿਹੜਾ ਵੇਖਣਾ ਪਊਗਾ, ਕਿਉਂਕਿ ਕਈ ਬ੍ਰੈਂਡਡ ਲੁੱਕ ਲਾਈਕ ਬ੍ਰੈਂਡਡ ਕੈਂਡੀ ਸੀਗੀਆਂ, ਬਿਲਕੁਲ ਰੈਪ ਸੀਗੀਆਂ, ਉਹ ਟੈਂਪਰ ਹੋ ਕੇ ਉਹਨਾਂ ਦੇ ਅੰਦਰ ਨੀਡਲਸ ਦੂਜਾ ਕੇਸ ਪਾਇਆ ਗਿਆ। ਪਹਿਲਾਂ ਪੀਲ ਚ ਪਾਇਆ ਗਿਆ ਸੀ, ਦੂਜਾ ਟਰਾਂਟੋ ਚ ਪਾਇਆ ਗਿਆ। ਸੋ ਸਾਰੇ ਪੇਰੈਂਟਸ ਨੂੰ ਪੁਲਿਸ ਦੀ ਵਾਰਨਿੰਗ ਆ ਕਿ ਜਿੰਨੀਆਂ ਤੁਹਾਡੇ ਬੱਚਿਆਂ ਕੋਲ ਕੈਂਡੀਜ਼ ਦੀਆਂ ਪਈਆਂ ਹੋਈਆਂ ਨੇ, ਉਹਨਾਂ ਸਾਰੀਆਂ ਨੂੰ ਖੋਲ ਕੇ ਤੁਹਾਨੂੰ ਚੈੱਕ ਕਰਨਾ ਪਊਗਾ, ਤਾਂ ਹੀ ਆਪਣੇ ਬੱਚਿਆਂ ਨੂੰ ਦਿਓ, ਤਾਂ ਕਿ ਨੀਡਲਸ ਜਿਹੜੀਆਂ ਵਿੱਚੋਂ ਨਿਕਲੀਆਂ ਨੇ ਉਹ ਤੋਂ ਬਚਿਆ ਜਾ ਸਕੇ। ਕੈਨੇਡੀਅਨ ਡਾਲਰ ਨੇ ਥੋੜਾ ਜਿਹਾ ਦਮ ਦਿਖਾਇਆ, $1.36 ਤੇ ਪਹੁੰਚ ਗਿਆ। ਜੇ ਅਮੈਰੀਕਨ ਡਾਲਰ ਬਾਏ ਕਰਨਾ, $1.33 ਤੇ ਵੀ ਚਲ ਗਿਆ ਸੀਗਾ। ਹੁਣ ਡਾਲਰ ਥੋੜਾ ਜਿਹਾ, ਜਦੋਂ ਦਾ ਇੰਟਰਸਟ ਰੇਟ ਵਧਿਆ ਨਹੀਂ ਆ, ਡਾਲਰ ਇੱਕ ਵਾਰੀ ਲੁੱਟ ਗਿਆ ਸੀ, ਫਿਰ ਡਾਲਰ ਨੇ ਆਪਣੀ ਜਗ੍ਹਾ ਬਣਾਉਣੀ ਅਮੈਰੀਕਨ ਡਾਲਰ ਦੇ ਮੁਕਾਬਲੇ ਸ਼ੁਰੂ ਕਰ ਦਿੱਤੀ ਹੈ। ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਸਾਲਾ $1.84 ਸੈਂਟ ਤੇ ਪਹੁੰਚ ਗਿਆ $80 ਤੋਂ, $1.37 ਇੱਕਦਮ ਜਿਹੜਾ ਉਹ ਵਧਿਆ ਜੀ। ਆਇਲ ਵਧੀ ਹੋਣ ਦਾ ਕਾਰਨ ਸਾਊਦੀ ਅਰਬੀਆ ਤੇ ਰਸ਼ੀਆ ਜਿਹੜੇ ਆ ਨੇ ਉਹਨਾਂ ਨੇ ਆਕਪੋਰਟ ਦੇ ਉੱਪਰ ਕੱਟ ਲਾਇਆ, ਇਸ ਕਰਕੇ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ। ਤੇ ਆਉਣ ਵਾਲੇ ਦਿਨਾਂ ਚ ਜੇ ਸਾਊਦੀ ਅਰਬੀਆ, ਰਸ਼ੀਆ ਜਾਂ ਹੋਰ ਕੰਟਰੀ ਜਿਹੜੇ ਨੇ, ਔਰ ਦੱਸਦੇ ਕਿ ਅਮੈਰੀਕਾ ਨੇ ਜਿਹੜੇ ਆਪਣੇ ਟਫ ਸੈਂਕਸ਼ਨ ਚਲਾਏ ਨੇ ਇਰਾਨੀਅਨ ਆਇਲ ਦੇ, ਤੇ ਉਹ ਵੀ ਆਉਣ ਵਾਲੇ ਦਿਨਾਂ ਚ ਜਿਹੜੇ ਤੇਲ ਦੀਆਂ ਪ੍ਰਾਈਸਿਸ ਦੇ ਵਿੱਚ ਵੱਡਾ ਵਾਧਾ ਜਿਹੜਾ ਕਰ ਸਕਦਾ, ਅਸੀਂ ਤੁਹਾਨੂੰ ਲਗਾਤਾਰ ਅਪਡੇਟ ਰੱਖਾਂਗੇ। ਕੈਨੇਡਾ ਦੇ ਵਿੱਚ ਜਿਹੜੀ ਇਨਫਲੇਸ਼ਨ ਆ, ਮਹਿੰਗਾਈ ਆ, ਉਸ ਨੂੰ ਲੈ ਕੇ ਜਿਹੜਾ ਵੱਡਾ ਕਾਰਨ ਆ ਉਹ ਗਰੋਸਰੀ ਤੇ ਤੇਲ ਦੀਆਂ ਕੀਮਤਾਂ ਮੰਨਿਆ ਜਾਂਦਾ ਹੈ। ਗਰੋਸਰੀ ਦੀਆਂ ਕੀਮਤਾਂ 'ਚ ਥੋੜ੍ਹੀ ਜਿਹੀ ਜਿਹੜੀ ਆ ਉਹ ਸ਼ਰਮ ਖਾਧੀ ਆ ਵੱਡੇ ਜਿਹੜੇ ਕੈਨੇਡਾ ਦੇ ਗਰੋਸਰਸ ਨੇ, ਤੇ ਥੋੜ੍ਹੀ ਜਿਹੀ ਉਹਦੇ 'ਤੇ ਕੁਛ ਕੁ ਜਿਹੜੀ ਆ ਅਸੀਂ ਕਹਿ ਸਕਦੇ ਹਾਂ ਕਿ ਕੰਟਰੋਲ ਹੋਇਆ। ਆਉਣ ਵਾਲੇ ਦਿਨਾਂ ਦੇ ਵਿੱਚ ਆਸ ਕੀਤੀ ਜਾ ਰਹੀ ਆ ਕਿ ਗਰੋਸਰੀ ਦਾ ਜਿਹੜਾ ਪ੍ਰਾਈਸ ਵੱਧ ਰਿਹਾ, ਜਿਹੜੇ ਪੇਜ 'ਤੇ ਵੱਧ ਰਿਹਾ ਸੀ, ਉਹਨਾਂ ਨੇ ਘੱਟ ਵਧੇਗਾ। 8-9% ਸੀਗਾ ਜਿਹੜਾ, ਹੁਣ 6-7 ਤੇ ਰਹਿ ਗਿਆ। ਹੁਣ ਉਹਦੇ ਸਮੇਂ 'ਚ ਉਮੀਦ ਕੀਤੀ ਜਾਂਦੀ ਹੈ ਕਿ ਇਹਦੇ 'ਤੇ ਹੋਰ ਜਿਹੜਾ ਕੰਟਰੋਲ ਰਹੇਗਾ ਜੀ। ਇਸ ਤੋਂ ਪਹਿਲਾਂ ਕਿ ਮੈਂ ਦੇਖਦੇ ਜਾਵਾਂ, ਇਸ ਵਕਤ ਬੈਂਕ ਆਫ ਕੈਨੇਡਾ ਦੀ ਜਿਹੜੀ ਵਾਰਨਿੰਗ ਹੈ ਉਹ ਤੁਹਾਡੇ ਨਾਲ ਅਸੀਂ ਜਿਹੜੀ ਅਪਡੇਟ ਕਰ ਦਿੰਦੇ ਹਾਂ। ਉਹ ਹੈ ਕਿ ਜਿਹੜੀਆਂ ਨੈਗੇਟਿਵ ਅਮੋਰਟਾਈਜੇਸ਼ਨ ਨੇ, ਖਾਸ ਤੌਰ 'ਤੇ ਜਿਹੜੀਆਂ ਵੇਰੀਏਬਲ ਮੋਰਗੇਜ ਸੀਗੀਆਂ, ਉਹਦੇ ਵਿੱਚ ਪ੍ਰਿੰਸੀਪਲ ਵੀ ਕਵਰ ਨਹੀਂ ਹੁੰਦਾ, ਨੈਗੇਟਿਵ ਅਮੋਰਟਾਈਜੇਸ਼ਨ ਹੈ, ਉਹਦੇ 'ਤੇ ਬੈਂਕ ਆਫ ਕੈਨੇਡਾ ਨੇ ਜਿਹੜੀ ਵਾਰਨਿੰਗ ਦਿੱਤੀ ਆ।
ਬੈਂਕਸ ਨੂੰ। ਸੋ ਆਉਣ ਵਾਲੇ ਦਿਨਾਂ ਚ ਬੈਂਕ ਦੇ ਤੇ ਕੋਈ ਵੱਡਾ ਡਿਸੀਜਨ ਨਹੀਂ ਲੈ ਸਕਦੇ ਆ ਵੇਰੀਏਬਲ ਮੌਰਗੇਜ ਨੂੰ ਲੈ ਕੇ, ਕਿ ਉੱਥੇ ਪ੍ਰਿੰਸੀਪਲ ਕੁਛ ਨਹੀਂ ਜਾ ਰਿਹਾ, ਸਿਰਫ ਇੰਟਰਸਟ ਜਾ ਰਿਹਾ ਹੈ ਜਿੰਨੇ ਬੋਰੋਵਰ ਨੇ ਜਿਹਨਾਂ ਨੇ ਲੋਨ ਲਿਆ ਹੋਇਆ ਜਿਹੜੀਆਂ ਵੇਰੀਏਬਲ ਮੌਰਗੇਜ ਨੇ ਉਹਦੇ ਤੇ। ਆਉਣ ਵਾਲੇ ਦਿਨਾਂ ਚ ਅਜੇ ਤੇ ਬੈਂਕ ਆਫ ਕੇਰਲਾ ਨੇ ਇਹਦੇ ਵਾਰਨਿੰਗ ਦਿੱਤੀ ਆ ਤੇ ਬੈਂਕਾਂ ਨੂੰ ਕੋਈ ਦਿਸ਼ਾ ਨਿਰਦੇਸ਼ ਦਿੱਤਾ ਜਾ ਸਕਦਾ। ਅਸੀਂ ਤੁਹਾਨੂੰ ਅੱਗੇ ਦੇਵਾਂਗੇ ਕਿ ਬੈਂਕ ਦੇ ਪ੍ਰਤੀ ਕੀ ਡਿਸੀਜਨ ਲੈਂਦੇ ਨੇ, ਜਿਹੜੇ ਨੇ ਕਰਜ਼ਾ ਲਿਆ ਉਹਨਾਂ ਦੇ ਹੱਕ ਚ ਲੈਂਦੇ ਨੇ ਕਿ ਖਿਲਾਫ਼ ਲੈਂਦੇ ਨੇ, ਅਸੀਂ ਅੱਗੇ ਤੁਹਾਡੇ ਨਾਲ ਜਾਰੀ ਰੱਖਾਂਗੇ। ਔਰ ਵੀਕਐਂਡ ਦੇ ਉੱਪਰ ਤੁਸੀਂ ਦੇਖਿਆ ਹੋਣਾ ਕਿ ਨਵੇਂ ਘਰ ਸੀਗੇ ਬਣ ਰਹੇ ਸੀਗੇ ਇਹ ਰਦਰਫੋਰਡ ਏਰੀਆ ਤੇ ਹਾਈਵੇ 27 ਦਾ। ਆਪਾਂ ਰਦਰਫੋਰਡ ਤੇ 427 ਦਾ ਨਜ਼ਦੀਕ ਮੰਨ ਸਕਦੇ ਹਾਂ। ਉੱਥੇ ਕਾਫ਼ੀ ਸਾਰੇ ਮਾਡਰਨ ਟਾਊਨ ਹਾਊਸ ਜਿਹੜੇ ਆ ਉਹ ਬਣ ਰਹੇ ਸੀ, ਅੰਡਰ ਕੰਸਟਰਕਸ਼ਨ ਸੀਗੇ। ਸੋ ਉਹਨਾਂ ਨੂੰ ਅੱਗ ਲੱਗ ਗਈ ਆ। ਈਵਨ ਕਿ ਪੁਲਿਸ ਦਾ ਮੋਰ ਦੈਨ 1 ਮਿਲੀਅਨ ਦਾ ਮੁੱਲ ਦਾ ਇੱਕ ਫਾਇਰ ਟਰੱਕ ਹਰਾਨੀ ਦੀ ਗੱਲ ਹੈ ਕਿ ਉਹ ਵੀ ਉੱਥੇ ਭੱਜ ਕੇ ਨਹੀਂ ਨਿਕਲ ਸਕਿਆ। ਉਸ ਨੂੰ ਟੋਰਾਂਟੋ ਪੁਲਿਸ ਨੇ ਅਪਡੇਟ ਕੀਤਾ ਕਿ ਉਹ ਵੀ ਅੱਗ ਲੱਗਣ ਕਰਕੇ ਜਿਹੜਾ ਉਹ ਸੜ ਗਿਆ ਹੈ। ਸੋ ਇਹਦੇ ਵਿੱਚ ਆਲਮੋਸਟ 35 ਘਰ ਸੀਗੇ, ਟਾਊਨ ਹਾਊਸ ਅਨਆਕੂਪਾਈਡ ਸੀਗੇ, ਜਿਹੜੇ ਉਹ ਵੀ ਸੜ ਕੇ ਸਵਾਹ ਹੋ ਗਿਆ, ਬਿਲਟ ਬੱਬੇ ਨੁਕਸਾਨ ਹੋਇਆ। ਤੇ ਦੱਸ ਦਈਏ ਕਿ ਘਰਾਂ ਨੂੰ ਨਵੇਂ ਬਣ ਰਹੇ ਘਰਾਂ ਨੂੰ ਅੱਗ ਲੱਗਣ ਦੇ ਵਿੱਚ ਅੱਗੇ ਵੀ ਸਸਪੀਸ਼ੀਅਸ ਰਿਹਾ ਵਾ। ਸੋ ਇਹਦੇ ਬਾਰੇ ਬਹੁਤੀ ਗੱਲ ਬਣਦੀ ਨਹੀਂ ਆ, ਬਟ ਕਿਸੇ ਕੋਈ ਪੁਖਤਾ ਸਬੂਤ ਨਹੀਂ ਆ ਵੀ ਜਿਹੜੇ ਨਵੇਂ ਬਣ ਰਹੇ ਘਰ ਆ ਉਹ ਬਾਹਰ ਕਲੋਜ ਨਹੀਂ ਕਰਨਾ ਚਾਹੁੰਦੇ, ਬਿਲਡਰ ਕੋਲ ਐਕਸਟੈਂਸ਼ਨ ਮੰਗਦੇ ਆ, ਜਾਂ ਬਿਲਡਰ ਕੋਲ ਜਿਹੜਾ ਐਗਰੀਮੈਂਟ ਹੈ ਬਾਹਰ ਨਿਕਲਣਾ ਚਾਹੁੰਦੇ ਆ, ਬਿਲਡਰ ਪਾਸ ਤੋਂ ਮਸ ਨਹੀਂ ਹੁੰਦਾ ਤੇ ਫਿਰ ਕੁਛ ਨਾ ਕੁਛ ਪਾਉਣਾ ਵਾਪਰ ਜਾਂਦਾ। 905-600-1350 ਸਾਡਾ ਨੰਬਰ ਹੈ, 905-600-1350।